वार्निंग, कृपा करके व्लॉग देखने तो पहले कन्ना दे विच टूटियां डालो। हेलो गाइस, वेलकम बैक टू द अनदर व्लॉग। गाइस, न्यू ईयर आने लगा तो अं सोचा कहीं घूम घूम आइए, है ना। तो अज पावे मतलब तीन दिन आप डेली व्लॉग पाने। चल झूठा। गाइस, आई नो मैं पिछली बार भी तुम्हें वादा किया कि डेली व्लॉग पाऊंगा, पर मैं दो व्लॉग पा के फिर मैं भूल ही गया कि हाँ भी व्लॉग भी पाने से। पर गाइस, पर उदो इंजॉय बहुत किया, इंजॉय तो ऐतकी भी करना। गाइस, असी जाना सीगा चार जना ने घूम, पर गल की हुई आ अपना साडा गेड़ी बाज जिन्हें तुम सारे जानते हो। लोग नहीं देखे भैन चुदो चक्कर आम दे होए ब्लॉग च गया बल्ले गुजारे बल्ले जलूस भैन चो की जानते गुस्से गड्डी चला। गल ऐदा हुई असि आना चार जना ने, दो बंदे खड़े पैर से मतलब जो कहते नहीं खड़े तो सोटा मारता है। मतलब सेम सिचुएशन सेम ही है। 25 तरीक का प्लान बना रहे, चलिए 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 चलिए, 4-5 महीने का बन गया वो ही तो गल है। चलो कोई गल नहीं गाइस, अब फिलहाल हम चले हैं, मैं और चाचा है और नील गगन में और दो बंदे हो रहे हैं, इंट्रोड्यूस कराएंगे। चलो कोई गल नहीं यार, गाइस जो भी होता है अच्छे के लिए नहीं होता, ये बात हमने नोट कर ली है। हुण असीं चले आ किथे चले आ, डलौजी नूं, डलौजी डलौजी भी जावांगे। गाइस पता की साडा जिंदगी च कभी बर्फ नहीं देखी, बर्फ सिर्फ पैग च पैंदी वेखी आ उदा फ्रिज दे उपर लिखाने जां फ्रिज दे उपर लिखाने च। साडी मतलब के मरन तो पहला इच्छा सी कि असी बर्फ देखिए कि हुण बर्फ फे भी सानू देखण नूं नहीं मिली ना, आपां बर्फ खाने घर पा लेना। मानदा गल, अखां सामने 24 घंटे बर्फो बर्फ ही हो जाणा। ते ओए बापू ने कौड़ा कौड़ा झाकणा वा चुबे रे यार झूठा जहां बाई 2829 मिनट पाई सारे ने रल मिल के, मैं गिनन डया ही उदिया। ले भी मित्रों वापस आ गए हैं। मैं अजे भी याद मूँह तो धुप पैन डे सी जो बड़े मिनट तक मतलब है ना मना अंकल नूं कि अंकल जी मुंडे नूं भेज दो, शामां पै गईयां सूरज भी डुब गया, अंकल नहीं मनिया। पर चलो कोई गल नहीं, हुण सार लांगे छुपिया, कोई गल नहीं। तू व्लॉग देखी, व्लॉग च असी जिहड़ा जलूस कढ़ना ना तेरा मेहनत पाउण दा कोई फायदा नहीं होया। गाइस उहदा बापू फोन आ गया, फोन आ गया। ਕੀ ਕਹਿੰਦਾ ਕੀ ਕਹਿੰਦਾ ਹੈਲੋ ਹਾਂ ਕੀ ਕਹਿੰਦਾ ਹੁਣ ਕਹਿੰਦਾ ਜਾ ਯਾਰ
ਲੋਹੜੇ ਦੀਆਂ ਮਿਹਨਤਾਂ ਪਾਤੀਆਂ ਭੈਣ ਚੋ ਮੇਰੇ ਤਾਂ ਮਿਹਨਤਾਂ ਵੀ ਮੁੱਕ ਗਈਆਂ ਸੀ ਭਰਾ ਮੇਰੇ ਹੋਰ ਕੀ ਭਰਾਵਾ ਚੱਲ ਛੇਤੀ ਕਰ ਤੂੰ ਅਸੀਂ ਨਾ ਗੋਲੂ ਚੱਕ ਕੇ ਮੇਰੀ ਗੱਲ ਮੇਰੀ ਗੱਲ ਬਾਪੂ ਮੰਨ ਗਿਆ ਉਹਦਾ ਬਾਬਾ ਬਹੁਤ ਜ਼ਿਆਦਾ ਖੁਸ਼ੀ ਆ ਬਾਪੂ ਉਹਦਾ ਮੰਨ ਗਿਆ ਹੁਣ ਅਸੀਂ ਰੱਜ ਕੇ ਮਿਹਨਤਾਂ ਪਾਓ ਪਿੰਡ ਦੇ ਆ ਕੇ ਨਾ ਮੂੰਹ ਵੀਂਗਾ ਜਾ ਕਰਕੇ ਚੱਲ ਜਾਓ ਚਲੋ ਮਨਾ ਲਿਆ ਮੈਂ ਉਹਨੂੰ ਲਾਰੀ ਅੱਡੀ ਚੱਕਣ ਆਏ ਗੋਲੂ ਚੱਕ ਲਿਆ ਮਿੱਤਰੋ 1 2 3 ਚੌਥਾ ਨਿੱਕੂ ਪੰਜਵਾਂ ਪ੍ਰਧਾਨ ਇਸ ਕਮਿੰਗ ਵੈਰੀ ਸੂਨ ਵੈਰੀ ਫਾਰ ਪ੍ਰਧਾਨ Guys, today we are very excited to announce our collaboration with one and only C Prak. ਆਪਣੇ ਬਾਪੂ ਦੀਆਂ ਨੀ ਪਾਈਆਂ ਜਿੰਨੀਆਂ ਮੇਰੇ ਬਾਪੂ ਦੀਆਂ ਮਾਤਾ ਦੀਆਂ ਪੈਣ ਦੀਆਂ ਉਹਨਾਂ ਨੂੰ ਪੁੱਛਿਆ ਨੀ ਦੱਸਿਆ ਵਾ ਚੱਲੇ ਆ ਸਾਰੀ ਦਿਹਾੜੀ ਮਿੰਟਾਂ ਪਾਉਣੀਆਂ ਪਈਆਂ ਮੁੰਡੇ ਕਿੱਧਰ ਚੱਲੇ ਆ ਡਲੋਜੀ ਨੂੰ ਕਹਿੰਦਾ ਆਹ ਤਾਂ ਡਲੋਜੀ ਆ ਹੁਣ ਸਭ ਤੋਂ ਸਸਤਾ ਸਭ ਤੋਂ ਵਧੀਆ ਤੇ ਸਭ ਤੋਂ ਘੈਂਟ ਚੀਜ਼ ਆ ਕਹਿੰਦਾ ਘੈਂਟ ਚੀਜ਼ ਆ ਤੇ ਮੈਂ ਬੈਠਾ ਕਹਿੰਦਾ ਇਹ ਕਾਹਨੂੰ ਇੱਥੇ ਆਇਓ ਕਹਿੰਦਾ ਇਹਨੂੰ ਲੈਣ ਆਏ ਕਹਿੰਦਾ ਵੈਸੇ ਭਾਜੀ ਏਦਾਂ ਨਾ ਨੀ ਕਰਨੀ ਚਾਹੀਦੀ ਭੇਜ ਦਿਓ ਮੁੰਡੇ ਨੂੰ ਪਤਾ ਨੀ ਬਾਪੂ ਕਹਿੰਦਾ ਜਾ ਯਾਰ ਮਨਾ ਤਾਂ ਲਿਆ ਇਹਨੂੰ ਮਤਲਬ ਇਹਦੇ ਬਾਪੂ ਨੂੰ ਤੇ ਆ ਗਿਆ ਇੰਨਾ ਮੈਂ ਸੋਚਣ ਡਿਆ ਸਹੀ ਟਾਈਮ ਤੇ ਮੈਂ ਆਪਣੀ ਸਹੇਲੀ ਦੀਆਂ ਇੰਨੀਆਂ ਮਿਹਨਤਾਂ ਪਾਈ ਹੁੰਦੀਆਂ ਅੱਜ ਮੈਨੂੰ ਛੱਡ ਕੇ ਨਾ ਜਾਂਦੀ ਹੋਰ ਕੀ ਮਿਹਨਤਾਂ ਹੀ ਨੀ ਖੂਨ ਚ ਆ ਨਹੀਂ ਮਿਹਨਤਾਂ ਪਾਉਣੀਆਂ ਕੀ ਕਹਿੰਦਾ ਪਰ ਤੇਰਾ ਕਰਕੇ ਅੱਜ ਨਹੀਂ ਤੇਰਾ ਕਰਕੇ ਅੱਜ ਮੇਰੀਆਂ ਤਾਂ ਮਿਹਨਤਾਂ ਵੀ ਮੈਨੂੰ ਤਾਂ ਮੁੱਕ ਹੀ ਗਈਆਂ ਇੰਨੀਆਂ ਕੀ ਸਿੱਖਿਆ ਸੀ ਮੈਂ ਅੱਜ ਤੱਕ ਪਾਉਣੀਆਂ ਮੈਂ ਵੱਡੇ ਵੱਡੇ ਲਫ਼ਜ਼ ਬਹੁਤ ਵਰਤੇ ਭਾਰੇ ਭਾਰੇ ਸ਼ਬਦ ਸ਼ਬਦਾਵਲੀ ਭਾਰੀ ਭਾਰੀ ਸ਼ਬਦਾਵਲੀ ਕਾਈਂਡ ਆਫ ਮਾਣ ਹੀ ਹੁੰਦਾ ਭਰਾਵਾਂ ਨੂੰ ਮਤਲਬ ਭਰਾ ਨਾਲ ਦੇ ਪ੍ਰੇਮਾ ਤਾਂ ਹੀ ਮੈਂ ਤੁਹਾਡੀਆਂ ਮਿਹਨਤਾਂ ਪਾਉਣ ਡਿਆ ਆ ਬਾਪੂ ਜੀ ਤੁਹਾਡੇ ਆਭਾਰੀ ਆ ਆਭਾਰੀ ਆ ਜਾ ਲੈਣ ਦੋ ਬਾਪੂ ਜੀ ਮੁੰਡਾ ਤੁਹਾਨੂੰ ਪਰਸੋਂ ਨੂੰ 12 ਵਜੇ ਮਿਲ ਜੂਗਾ ਹੁਣ ਨਾ ਤਾਂ ਪਰਸੋਂ ਆਉਣੀ ਆ ਨਾ 12 ਵਜੇ ਟੋਲ ਪਲਾਜ਼ਾ ਫਾਸਟੈਗ ਰੀਚਾਰਜ ਕਰਾ ਲੋ ਮੈਂ ਕਹਿੰਦਾ ਤੇ ਗਾਇਸ ਅਗਰ ਤੁਹਾਨੂੰ ਥੋੜੀ ਹੜਬੜੀ ਲੱਗੇ ਤਾਂ ਥੋੜੀ ਸੈਟਿੰਗ ਹੋਈ ਪਈ ਆ ਸੋ ਪਲੀਜ਼ ਕਾਇੰਡਲੀ ਗ੍ਰਾਂਟ ਮੀ ਲੀਵ ਫਾਰ ਵਨ ਡੇ ਤੇ ਬਾਕੀ ਲਵ ਯੂ ਆਲ ਕੀਪ ਸਪੋਰਟਿੰਗ ਵਲੌਗ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ ਅਸੀਂ ਚੱਲੇ ਹਾਂ ਦਲਹੌਜੀ ਕਿੱਥੇ ਚੱਲੇ ਹਾਂ ਦਲਹੌਜੀ ਦਲਹੌਜੀ ਚੱਲੇ ਹਾਂ ਤੇ ਕਮਰਾ ਬੁੱਕ ਕਰਨਾ ਪੈਣਾ ਕਹਿੰਦੇ ਕਿ ਜਿਹੜਾ 3000 ਦਾ ਕਮਰਾ ਉਹ 10000 ਦਾ ਮਿਲਦਾ ਪਿਆ ਕਿੱਥੇ ਮਿਲਦਾ ਪਿਆ ਮਨਾਲੀ ਇਸ ਕਰਕੇ ਚੱਲੇ ਹਾਂ ਦਲਹੌਜੀ ਤੇ ਸਾਡੇ ਸਰਕਾਰੀ ਬੰਦੇ ਨੇ ਟੋਲ ਪਲਾਜ਼ਾ ਬਚਾ ਲਿਆ ਕਹਿੰਦੇ ਬੋਲੇ ਸੋ ਨਿਹਾਲ ਸਰਕਾਰੀ ਬੰਦਾ ਲੈ ਕੇ ਚੱਲੇ ਆ ਕਿਉਂ ਲੈ ਕੇ ਚੱਲੇ ਬਸ ਟੋਲ ਪਲਾਜ਼ਾ ਬਚਾਉਣਾ ਹੋਰ ਸਾਨੂੰ ਕੀ ਹੈ ਗੋਲੂ ਜਾ ਹੋਵੇ ਉਤਰ ਜਾ ਹੁਣ ਟੂਲ ਆ ਗਿਆ ਕਹਿੰਦੇ ਮਤਲਬ ਟੋਲ ਟੈਕਸ ਕੋਈ ਰੁਪਿਆ ਨੀ ਦੇਣਾ ਯਾਰ ਮੈਂ ਵੀ ਪੁਲਿਸ ਚ ਭਰਤੀ ਹੋਇਆ ਬਸ ਆਹ ਟੋਲ ਟੈਕਸ ਬਚਾਉਣ ਦੇ ਕਰਕੇ ਦਿਖਾਈ ਮਾੜਾ ਆ ਕਿੰਨੇ ਵੱਜ ਗਏ ਬੋਤਲ ਤਾਂ ਨੀ ਆਈ
ਤੇ ਗਾਇਸ ਆਪਣੇ ਜਿਹਦਾ ਪੰਜਾਬ ਚ ਬਹੁਤ ਠੰਡ ਘੱਟ ਪੈਣ ਡਈ ਸੀ ਤੇ ਠੰਡ ਦਾ ਨਜ਼ਾਰਾ ਵੇਖਣ ਵਾਸਤੇ ਸਨ ਰੂਫ ਤਾਣੀ ਤਾਂ ਗਿਆ चलो पिज्जा ਵਲੌਗ ਬਣਾਉਣ ਲੱਗਾ ਹੋਇਆ ਕਹਿੰਦੇ ਅਪਕਮਿੰਗ ਵਲੌਗਰ ਗੋਗਾ ਪੰਸੋਰੀ ਅਪਕਮਿੰਗ ਵਲੌਗਰ ਤੇ ਚਲੋ ਗਾਇਸ ਹੁਣ ਪੀਜ਼ਾ ਪੂਜ਼ਾ ਖਾ ਕੇ ਆਪਾਂ ਫੇਰ ਇਨਰੂਟ ਕਰਦੇ ਲਾਹੌਰ ਜੀ ਨੂੰ ਓਏ ਉਹ ਸੀ ਪ੍ਰਾਗ ਭਾਜੀ ਮੜਾ ਪੀਜ਼ਾ ਦਾ ਆਰਡਰ ਤਾਂ ਦੋ ਭਾਈ ਜਿਹੜਾ ਤੁਹਾਡਾ ਗਾਣਾ ਆਇਆ ਸੀ ਨਾ ਮਨ ਭਰਿਆ ਮੈਂ ਬਹੁਤ ਸੁਣਿਆ ਇਹੀ ਆ ਤੁਸੀਂ ਸੀ ਪ੍ਰੈਕ ਤੁਸੀਂ ਹੋ ਨਾ ਜਾ ਕੇ ਐਕਸਟਰਾ ਵਰਜਨ ਭਾਈ ਵਰਜਨ ਪੀਜ਼ਾ ਅਸੀਂ ਆਪਣੇ ਪਿੰਡ ਖੋਲਣ ਲੱਗੇ ਆ ਸਾਰਾ ਕੁਛ ਹੀ ਭਰ ਜਾਣਾ ਤੁਹਾਡੇ ਭਾਜੀ ਲੋਕੀ ਕਹਿਣ ਤੁਹਾਨੂੰ ਵਾਲਾਂ ਦੀ ਘਾਟ ਆ ਪਰ ਮੈਂ ਕਹਾਂ ਅੱਜ ਆਪਾਂ 29 ਤਰੀਕ ਨੂੰ ਇੱਕ ਵਲੌਗਰ ਵੀ ਲਾਂਚ ਕਰ ਰਹੇ ਹਾਂ ਮਿਸਟਰ ਗੁਰਮਨ ਜੀ ਵਲੌਗਰ ਵਨ ਐਂਡ ਓਨਲੀ ਭਾਜੀ ਹੁਣੀ ਭਾਜੀ ਇੱਕ ਸੀ ਬ੍ਰੇਕ ਆ ਰਿਹਾ ਜੀ ਗਾਇਸ ਗੱਲ ਪਤਾ ਕੀ ਹੈ ਕਹਿੰਦੇ ਜੀ ਕਬੱਡੀ ਦੇ ਵਿੱਚ ਡੋਪ ਟੈਸਟ ਤੋਂ ਬਾਅਦ ਤੇ ਗਾਇਸ ਹੁਣ ਕਹਿੰਦੇ ਕਬੱਡੀ 'ਚ ਸਾਡਾ ਸਰ ਕੁਛ ਖਤਮ ਹੋ ਰਿਹਾ ਇਸ ਕਰਕੇ ਯਾਰ ਉਹ ਕਹਿੰਦੇ ਵਲੌਗਿੰਗ ਵੀ ਸ਼ੁਰੂ ਕਰ ਦਿੱਤੀ ਜਾਵੇ ਸਾਡੇ ਨਾਲ ਸੀ ਬ੍ਰੇਕ ਵੱਲੋਂ ਬੀ ਸੀਰੀਜ਼ ਵਿੱਚ ਗਾਣਾ ਆ ਰਿਹਾ ਕਿਹਦਾ ਗਾਣਾ ਆ ਰਿਹਾ ਭਾਜੀ ਕਿਹੜੇ ਕਿਹੜੇ ਆਰਟਿਸਟ ਨਾਲ ਗਾਣਾ ਆ ਰਿਹਾ ਹੁਣ ਆਰਟਿਸਟ ਕਿਹੜੇ ਸੀ ਪ੍ਰਾਗ ਨਹੀਂ ਸੀ ਆਰਟਿਸਟ ਕਿਹੜੇ ਕੋਲੈਬੋਰੇਸ਼ਨ ਕਿਹਨਾਂ ਆ ਰਹੀ ਹੈ ਐਮੀ ਵਰਕ ਕੇ ਵੈਮੀ ਵਰਕ ਨਾਲ ਵੈਮੀ ਵਰਕ ਨਾਲ ਐਲਬਮ ਆ ਰਹੀ ਹੈ ਤੇ ਨਾਲ ਸਾਡੇ ਮਿਸਟਰ ਹਰਪ ਫਾਰਮਰ 2.0 ਸ਼ੁਭਮ ਸ਼ਰਮਾ ਯੋ ਯੋ ਮਿਸਟਰ ਸ਼ੁਭਮ ਸ਼ਰਮਾ ਤੇ ਨਾਲ ਜੀ ਸਿਕਿਉਰਿਟੀ ਮਿਲੀ ਹੈ ਸਾਡੇ ਪੰਜਾਬ ਪੁਲਿਸ ਜੀ ਨਾਮ ਹੈਗਾ ਜੀ ਗੋਲੂ ਡੀਐਸਪੀ ਕਟ ਛਪਾਟਾ ਬਈ ਗੱਲ ਇੱਦਾਂ ਵਾ ਗਾਇਸ ਇਹ ਹੈਗਾ ਤਾਂ ਬੀ ਪ੍ਰਾਕ ਹੀ ਆ ਪਰ ਕੋਰੋਨਾ ਦੇ ਵੇਲੇ ਚ ਇਹਨੂੰ ਕੋਰੋਨਾ ਜ਼ਿਆਦਾ ਚੰਬੜ ਗਿਆ ਸੈੱਲ ਸੁੱਲ ਘਟ ਗਏ ਸੀ ਪ੍ਰਾਕ ਹੋ ਗਿਆ ਇਹਨੇ ਗਾਣਾ ਮਨ ਭਰਿਆ ਨਹੀਂ ਇਹਨੇ ਕੰਨ ਭਰਿਆ ਗੋਣਾ ਮੈਂ ਮੇਰੇ ਤੋਂ ਕਿਹਦੇ ਕੰਨ ਭਰੇ ਚਲੋ ਗਾਣਾ ਤਾਂ ਸੁਣਾਓ ਚਾਰ ਜਣਾ ਸੁਣਾ ਦਿਓ ਇਹ ਮੇਥੋ ਤੇਰਾ ਕੰਨ ਭਰਿਆ ਕੰਨ ਭਰ ਗਿਆ ਗੱਲਾਂ ਹੋਣੀਆਂ ਤੇ ਹੈ ਕੰਨ ਭਰਿਆ ਫਾਈਨਲੀ 2 ਅਗਸਤ ਚੱਲ 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 ਹੋ ਸ਼ੁਰੂ ਫਾਈਨਲੀ ਸਾਡਾ ਆਰਡਰ ਆ ਗਿਆ ਵਾ ਤੇ 2 ਘੰਟੇ ਹੋ ਗਏ ਸਾਨੂੰ ਤਕਰੀਬਨ ਵੇਟ ਕਰਦੇ ਆ ਨੂੰ ਵਿਆਹ ਮਾਲ ਦੇ ਤਾ ਚਲੋ ਕੋਈ ਗੱਲ ਨੀ ਹੁਣ ਖਾ ਕੇ ਪੇਟ ਪੂਜਾ ਪੂਰੀ ਕਰਕੇ ਅਸੀਂ ਜਾ ਰਹੇ ਹਾਂ ਵਾਪਸ ਕਿਤੇ ਅਸੀਂ ਬਰਾਕ ਹੁਣੀ ਬਹੁਤ ਉੱਚੀ ਉੱਚੀ ਬੋਲਣ ਡੇ ਇਹਨਾਂ ਦੇ ਪਤਾ ਨੀ ਕਿਹੜਾ ਮਾਲ ਚੱਕਿਆ ਲਾ ਦਸਤਾ ਜੀ ਫਿਲਹਾਲ ਫਾਈਨਲੀ ਅਸੀਂ ਸਹੀ ਸਲਾਮਤ ਪਹਾੜਾਂ ਦਾ ਸਫ਼ਰ ਕਰਦੇ ਹੋਏ ਪਹੁੰਚ ਗਏ ਹਾਂ ਲਾਹੌਰ ਜੀ ਤੇ ਮਿਲੋ ਸਾਡੇ ਨਵੇਂ ਵਲੌਗਰ ਨੂੰ ਭਾਜੀ ਹੁਣੀ ਵਲੌਗ ਬਣ ਵਲੌਗ ਬਣ ਰਿਹਾ ਬਾਈ ਮੁਸ਼ਕਿਲਾਂ ਦੇ ਬਾਵਜੂਦ ਗਾਂਧੀ ਚੌਂਕ ਵੱਲ ਚੱਲੋ ਕਹਿੰਦੇ ਕਮਰਾ ਹੈ ਨਹੀਂ ਗਾ ਗੱਡੀ ਜੀ ਸੌਂ ਸੂ ਜਾਓ ਮੈਂ ਕਹਿੰਦਾ ਟਾਈਮ ਕੀ ਹੋ ਗਿਆ ਵਾ ਨਾ ਵੀ ਬਾਈ ਆਉਂਦੇ ਸਾਰੀ ਦਲਹੌਜੀ ਦੇ ਵਿੱਚ ਪਾੜਾ ਪੈ ਬਰਫ਼ ਲੱਗਾ ਆ ਰੋਟੀ ਖਾ ਲਈ ਆ ਗਾਇਸ ਆਉਂਦੇ ਸਾਰ ਹੀ ਕੁੱਤੇ ਖਾਣੀ ਹੋ ਗਈ ਸਾਨੂੰ ਕਮਰਾ ਨਹੀਂ ਦਿੱਤਾ ਗਿਆ ਪਤਾ ਨਹੀਂ ਵਹੁ ਵਹੁ ਕਰਨ ਦਿਆ ਸੀ ਪਹਿਲਾਂ ਕਰਾ ਲਓ ਕਮਰਾ ਨਹੀਂ ਦਿੱਤਾ ਗਿਆ ਸਾਨੂੰ ਪਤਾ ਨਹੀਂ ਅਸੀਂ ਖਰੇ ਅਸੀਂ ਤਾਂ ਉਹਨੂੰ ਪਿੱਕ ਦੀ ਵੀ ਆਫਰ ਦਿੱਤੀ ਮੈਂ ਸੋਚ ਰਿਹਾ ਕਿਤੇ ਕੋਈ ਇਹਨਾਂ ਦੇ ਕੋਈ ਪੰਜਾਬੀ ਆਇਆ ਹੋਣਾ ਵਾ ਜਿਹੜਾ ਰੱਜ ਕੇ ਗੰਦ ਪਾ ਕੇ ਗਿਆ ਹੋਣਾ ਇਹਨਾਂ ਨੇ ਇਹੀ ਮੰਨ ਲਿਆ ਕਿ ਜੇ ਕੋਈ ਪੰਜਾਬ ਤੋਂ ਬੰਦਾ ਆਇਆ ਪੰਜਾਬ ਉਹਨਾਂ ਨੂੰ ਕਮਰਾ ਹੀ ਨਹੀਂ ਦੇਣਾ ਕੀ ਕਹਿੰਦਾ ਸਹੀ ਗੱਲ ਆ ਕਟੜਾ ਜਾ ਲਓ ਕਟੜਾ ਇਹ ਭੈਣ ਚੋਦ ਪੂਆ ਵੀ ਨਹੀਂ ਖੋਲੇ ਪਹਿਲਾਂ ਹੀ ਕਹਿੰਦਾ ਕਮਰਾ ਹੈ ਨਹੀਂ ਦਰਾਜ ਹੀ ਮੋੜਤਾ ਅਖੇ ਜੀ ਸਾਰੇ ਕਹਿ ਰਹੇ ਤੁਹਾਡੇ ਹਿੱਲ ਪਈ ਆ ਸਰਦੀਆਂ ਦੇ ਵੇ ਤੁਸੀਂ ਠੰਡੇ ਮੁਲਕ ਗਏ ਮਤਲਬ ਮੁਲਕ ਗਏ ਤਾਂ ਮਤਲਬ ਠੰਡੇ ਏਰੀਏ ਚ ਸਾਡੇ ਪਿੰਡ ਕੇ ਠੰਡੀ ਨਹੀਂ ਪੈਣ ਡਈ ਪੈਣ ਚ ਛੁੱਪੇ ਹੋਣੇ ਦੀਏ ਬਾਹਾਂ ਵਾਲੀ ਟੀ ਸ਼ਰਟ ਪਾ ਕੇ ਘੁੰਮਣ ਡਿਆ ਹੁੰਦੇ ਨੇ ਉਧਰ ਗੋਲੂ ਹੁਣ ਇੱਥੇ ਆਇਆ ਹੁਣ ਮਰੂ ਮਰੂ ਕਰਦੇ ਪਏ ਉਹ ਵੇਖੋ ਕੁੜੀ ਆ ਲਾਸ਼ ਬੜਿਆ ਫੈਜ ਦਾ ਹੋ ਜਾ ਸਿੱਧਾ
ਆਵੇ ਉਹ ਬੱਦੂ ਬਣਿਆ ਉਧਰ ਫਾਈਨਲੀ ਸਾਨੂੰ ਨਿੱਕੂ ਲੈ ਕੇ ਆਇਆ ਹੋਟਲ ਦਾ ਨਾਂ ਕੀ ਆ ਕਿਹੜੀ ਕੀ ਨਾਮ ਆ ਕੀ ਨਾਮ ਆ ਬੜੇ ਬੈਡ ਲਾ ਕੇ ਦਿਖਾਈ ਗਾਇਸ ਅਸੀਂ ਦੇਖ ਰਹੇ ਸੀਗੇ ਹੋਟਲ ਸਾਰੇ ਮਤਲਬ ਕੋਈ 2000 ਨੂੰ ਕਮਰਾ ਕੋਈ 2500 ਕੋਈ 3000 ਨਿਊ ਈਅਰ ਕਰਕੇ ਸਾਰਾ ਬੁੱਕ ਆ ਗਾਇਸ 1500 ਦੇ ਦੋ ਕਮਰੇ ਲਏ ਲਾਈਕ ਔਰ ਸ਼ੇਅਰ ਠੋਕ ਦੀ ਮਾਂ ਕਰ ਗਿਆ ਲਾਈਕ ਔਰ ਸ਼ੇਅਰ ਠੋਕ ਦੀ ਜੇ ਬਾਜ।